ਜਿਹੜੀ ਪਹਿਲਾਂ ਤਾਂ ਅਸੀਂ ਖੁਸ਼ਕਿਸਮਤ ਹੈ ਕਿ ਸਾਨੂੰ ਵਿਰਾਸਤ ਦੇ ਵਿੱਚ ਜੀ ਇਹੋ ਜੀ ਜਿਹੜੀ ਵਿਰਾਸਤ ਪ੍ਰਾਤਨਵੇਲੀ ਸਾਂਭਣ ਨੂੰ ਮਿਲੀ ਹੈ ਜੀ ਬਈ ਤੇ ਗੱਲ ਤਾਂ ਬਣਾਉਣ ਵਾਲਿਆਂ ਦੀ ਹੈ ਜਿਨ੍ਹਾਂ ਨੇ ਉਸ ਸਮਿਆਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਔਕੜਾਂ ਦੇ ਨਾਲ ਜੀ ਇਹ ਬਣਾਈਆਂ ਹੋਣੀਆਂ ਹੈ ਬਈ ਕਿੰਨਾ ਸਮਾਂ ਲੱਗਿਆ ਸੀ ਉਸ ਟਾਈਮ ਤੇ ਜੇ ਮਤਲਬ ਬਜ਼ੁਰਗਾਂ ਦੇ ਦੱਸਣ ਮੁਤਾਬਕ ਹੈ ਜੀ ਵੀ 10 ਸਾਲ ਲੱਗੇ ਸੀ 94 95 ਚ ਦੀ ਕੰਸਟਰਕਸ਼ਨ ਸ਼ੁਰੂ ਹੋਈ ਸੀਗੀ ਜੀ ਤੇ 1905 ਕ ਦੇ ਵਿੱਚ ਕੰਪਲੀਟ ਹੋਈ ਹੈ ਠੀਕ ਹੈ ਭਾਈ ਸਾਡੀ ਸ਼ੁਰੂ ਤੋਂ ਹੀ ਕੋਸ਼ਿਸ਼ ਹੈ ਵੀ ਜਿਹੜਾ ਬਜ਼ੁਰਗਾਂ ਨੇ ਵਿਰਸਾ ਜੋ ਸਾਨੂੰ ਦਿੱਤਾ ਹੈ ਜੀ ਉਹਨੂੰ ਜਿਵੇਂ ਵੀ ਹੋ ਸਕਦਾ ਸਾਂਭੀਏ ਜੀ ਕਿਉਂਕਿ ਇਹ ਵਾਰੀ-ਵਾਰੀ ਨਹੀਂ ਮਿਲਦਾ ਨਵੀਆਂ ਚੀਜ਼ਾਂ ਤਾਂ 100 ਬੰਦਾ ਬਣਾ ਲੈਂਦਾ ਪਰ ਇਹ ਨਹੀਂ ਕਦੇ ਚੀਜ਼ ਬਣੇ ਫਾਇਰਪਲੇਸ ਵੀ ਵਰਕਿੰਗ ਹੈ ਇਹਦੀ ਜਿਹੜੀ ਉੱਤੇ ਹਜੇ ਚੱਲਦੀ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਇਹ ਤਕਰੀਬਨ ਜਿਹੜੀਆਂ ﺍﻟमारीਆਂ ਵੀ ਬਣੀਆਂ ਇਹ ਵੀ ਪੁਰਾਣੀਆਂ ਹੀ ਆ ਠੀਕ ਹੈ ਜੀ ਉਤਲਾ ਵੀ ਕੋਈ ਇਹਦੇ ਚੇਂਜਸ ਨਹੀਂ ਹੋਏ ਠੀਕ ਹੈ ਜੀ ਪੇਂਟਿੰਗਸ ਵੀ ਪੁਰਾਣੀਆਂ ਆਈਆਂ ਮਤਲਬ ਇਸ ਦੇ ਉੱਪਰ ਇਹ ਲੱਕੜ ਦੀ ਛੱਤ ਹੈ ਹਾਂ ਜੀ ਇਹ ਦਿਯਾਰ ਲੱਕੜ ਯੂਜ਼ ਹੋਈ ਸੀ ਇੱਥੇ ਇਹ 1944 ਮਾਡਲ ਹੈ ਜੀ ਫੋਰਡ ਕੰਪਨੀ ਦੀ ਜੀਪੀਡਬਲਿਊ ਮਾਡਲ ਹੈ ਜੀ ਵਰਲਡ ਵਾਰ 2 ਚੂਜ਼ ਹੋਈਆਂ ਸੀ ਜੀ ਹੋਈਆਂ ਸੀ ਤੇ ਮੇਰੇ ਦਾਦਾ ਜੀ ਨੇ ਲਈ ਸੀਗੀ ਇਹ ਅੱਛਾ ਜੀ 1951 ਦੇ ਵਿੱਚ ਮਹਾਰਾਜਾ ਫਰੀਦਕੋਟ ਨੇ ਆਕਸ਼ਨ ਕੀਤੀਆਂ ਸੀਗੀਆਂ ਉਹਨਾਂ ਤੋਂ ਉਦੋਂ ਖਰੀਦੀ ਸੀ ਆਕਸ਼ਨ ਇੱਕ ਚੀਜ਼ ਮੈਂ ਇੱਧਰ ਇਹ ਦੇਖ ਰਿਹਾ ਤੋਪ ਟਾਈਪ ਪਤਾ ਨਹੀਂ ਕੀ ਪਿਆ ਇਹ ਕੀ ਚੀਜ਼ ਆ ਗਈ ਬਾਈ ਹੱਸੀ ਕਾਲ ਦੋਸਤੋ ਅੱਜ ਇੱਕ ਬਹੁਤ ਸੋਹਣੀ ਬਰਾਸਤੀ ਹਵੇਲੀ ਤੁਹਾਡੇ ਲਈ ਲੈ ਕੇ ਆਏ ਆ ਜੋ ਕਿ 1905 ਦੇ ਵਿੱਚ ਬਣੀ ਹੋਈ ਆ ਤੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ 1905 ਦੀ ਬਣੀ ਹਵੇਲੀ ਅੱਜ ਦੀਆਂ ਹਵੇਲੀਆਂ ਨੂੰ ਮਾਤ ਪਾਉਂਦੀ ਆ ਤੇ ਇਸ ਦਾ ਕੋਈ ਮਤਲਬ ਇਸ ਦੇ ਨੇੜੇ ਤੇੜੇ ਜੋ ਅੱਜ ਦੀ ਡਿਜ਼ਾਈਨਿੰਗ ਆਰਕੀਟੈਕਟ ਨਹੀਂ ਹੋ ਸਕਦੀ ਕਿਉਂਕਿ ਬਹੁਤ ਸੋਹਣੇ ਤਰੀਕੇ ਨਾਲ ਉਹ ਟਾਈਮ ਤੇ ਬਣੀ ਹੋਈ ਆ ਤੇ ਸਭ ਤੋਂ ਵੱਡੀ ਗੱਲ ਹੈ ਪ੍ਰਾਤਨ ਆਪਾਂ ਕਿਲੇ ਦੇਖੇ ਆ ਪਰ ਪ੍ਰਾਤਨ ਇੰਨੀ ਪੁਰਾਣੀ ਹਵੇਲੀ ਬਹੁਤ ਘੱਟ ਸੰਭਾਲੀ ਹੋਈ ਆ ਪੰਜਾਬ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਖੁੜੰਜ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਤਹਿਸੀਲ ਜਲਾਲਾਬਾਦ ਤੇ ਵੀਰ ਹੋਰ ਨਾਲ ਗੱਲਬਾਤ ਕਰਾਂਗੇ ਤੇ ਸਾਰੀ ਡਿਟੇਲ ਜਾਣਾਂਗੇ ਵੀ ਕਿਵੇਂ 105 ਸਾਲ ਪੁਰਾਣੀ ਹਵੇਲੀ ਜੋ ਉਹਨਾਂ ਦੇ ਪਰਿਵਾਰ ਨੇ ਸੰਭੀ ਆ ਤੇ ਆਪਣੇ ਵਿਰਾਸਤ ਨੂੰ ਸਾਂਭ ਕੇ ਰੱਖਿਆਗਾ ਤੇ ਆਪਣੇ ਵਿਰਸੇ ਨੂੰ ਭੁੱਲੇ ਨਹੀਂ ਲੇਗੇ ਹਰ ਇੱਕ ਚੀਜ਼ ਜੋ ਬਜ਼ੁਰਗਾਂ ਦੀ ਨਿਸ਼ਾਨੀ ਆ ਉਹ ਉਸੇ ਤਰੀਕੇ ਨਾਲ ਸਾਂਭ ਕੇ ਰੱਖੀ ਹੋਈ ਆ ਤੇ ਆਜੋ ਆਪਾਂ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜੀ ਅੱਜਕੱਲ ਗੱਲ ਕਰੀਏ ਪਰਾਤਨ ਜਬ ਵਿਰਸੇ ਜਾਂ ਸੱਭਿਆਚਾਰ ਨਾਲ ਮਿਲਦੀਆਂ ਚੀਜ਼ਾਂ ਜਦ ਕਈ ਦਿਨਾਂ ਬਜ਼ੁਰਗਾਂ ਦੀਆਂ ਚੀਜ਼ਾਂ ਬਹੁਤ ਘੱਟ ਲੋਕ ਸੰਭਾਲਦੇ ਨੇ ਪਰ ਤੁਸੀਂ ਵਧਾਈ ਦੇ ਹੱਕਦਾਰ ਹੋ ਤੇ ਅਸੀਂ ਧੰਨਵਾਦ ਵੀ ਕਰਦੇ ਹਾਂ ਜਿਹੜੀ ਟੀਮ ਵੱਲੋਂ ਵੀ ਤੁਸੀਂ ਇੱਕ 1905 ਚ ਬਣੀ ਹੋਈ ਹਵੇਲੀ ਆਪਣੇ ਬਜ਼ੁਰਗਾਂ ਦੀ ਤੇ ਉਹਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਿਆ ਤੇ ਅੱਜ ਦੇ ਟਾਈਮ ਚ ਮਤਲਬ ਅੱਜ ਦੀਆਂ ਹਵੇਲੀਆਂ ਨੂੰ ਵੀ ਮਾਤ ਪਉਂਦੀ ਆ ਇਹਦੇ ਪਿੱਛੇ ਦਾ ਬਈ ਤੁਹਾਡੀ ਰਿਆਜਾ ਤੁਹਾਡੇ ਫਾਦਰ ਸਾਹਿਬ ਦਾ ਮਤਲਬ ਕਿਵੇਂ ਜਿਹੜੀ ਪਹਿਲਾਂ ਤਾਂ ਅਸੀਂ ਖੁਸ਼ਕਿਸਮਤ ਆ ਕਿ ਸਾਨੂੰ ਵਿਰਾਸਤ ਦੇ ਵਿੱਚ ਜੀ ਇਹੋ ਜੀ ਜਿਹੜੀ ਵਿਰਾਸਤ ਪ੍ਰਾਤਨ ਹਵੇਲੀ ਸੰਭਣ ਨੂੰ ਮਿਲੀ ਹੈ ਜੀ ਬਈ ਗੱਲ ਤਾਂ ਬਣਾਉਣ ਵਾਲਿਆਂ ਦੀ ਐ ਜਿਨ੍ਹਾਂ ਨੇ ਉਸ ਸਮਿਆਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਔਕੜਾਂ ਦੇ ਨਾਲ ਇਹ ਬਣਾਈਆਂ ਹੋਣੀਆਂ ਜੀ ਤੇ ਸਾਂਭਣ ਦਾ ਕੁਝ ਸ਼ੌਕ ਦੀ ਗੱਲ ਵੀ ਹੁੰਦੀ ਐ ਕੁਝ ਵਿਰਸੇ ਦੀ ਗੱਲ ਵੀ ਹੁੰਦੀ ਐ ਵੀ ਆਪਾਂ ਜਦੋਂ ਬੈਠੇ ਆ ਵਿੱਚ ਤਾਂ ਮੇਰੇ ਗ੍ਰੈਂਡਫਾਦਰ ਨੂੰ ਵੀ ਬੜਾ ਸ਼ੌਕ ਸੀਗਾ ਜੀ ਪਹਿਲਾਂ ਉਹਨਾਂ ਨੇ ਸ਼ੁਰੂਆਤ ਕੀਤੀ ਇਹਨੂੰ ਜਿਹੜਾ ਰੈਨੋਵੇਸ਼ਨ ਜਿਹੜੀ ਆਪਾਂ ਕਹਿ ਸਕਦੇ ਆ ਕਿ ਜਦੋਂ ਤੋਂ ਇਹ ਬਣੀ ਸੀਗੀ ਜੀ ਤਕਰੀਬਨ 1905 ਜੀ ਵਗੈਰਾ ਦੇ ਵਿੱਚ ਉਸ ਤੋਂ ਬਾਅਦ ਮੇਜਰ ਰੈਨੋਵੇਸ਼ਨ ਤਕਰੀਬਨ 97 98 ਦੇ ਵਿੱਚ ਸ਼ੁਰੂ ਹੋਈ ਹੋਣੀ ਹੈ ਜੀ ਫਿਰ ਮੇਰੇ ਫਾਦਰ ਨੇ ਉਹਨੂੰ ਕੰਟੀਨਿਊ ਕੀਤਾ ਠੀਕ ਹੈ ਤੇ ਮੇਨ ਤਾਂ ਜਿਹੜੀ ਕਹਿ ਸਕਦਾ ਹਾਂ ਵੀ ਰੈਨੋਵੇਸ਼ਨ ਉਹਨਾਂ ਦੀ ਹੀ ਕੀਤੀ ਹੋਈ ਹੈ ਮੇਰੇ ਦਾਦਾ ਜੀ ਦੀ ਤੇ ਮੇਰੇ ਫਾਦਰ ਦੀ ਹਾਂ ਜੀ ਪਰ ਉਸ ਨੂੰ ਅੱਗੇ ਹੁਣ ਤੁਸੀਂ ਨਾਲ-ਨਾਲ ਕੋਸ਼ਿਸ਼ ਕਰ ਰਹੇ ਆ ਪੂਰੀ ਕੰਮ ਦੀ ਹਾਂ ਜੀ ਤੇ ਬਈ ਆਜੋ ਆਪਾਂ ਕਰਦੇ ਆ ਅੱਗੇ ਗੱਲਬਾਤ ਤੇ ਬਈ ਜੀ ਜੇ ਗੱਲ ਕਰੀ ਹੈ ਨਾ ਮੈਨੂੰ ਕਾਫੀ ਮਿੱਤਰਾਂ ਦੇ ਮੈਸੇਜ ਆਉਂਦੇ ਸੀਗੇ ਵੀ ਖੜੰਝਪਿੰਡ ਜਾਇਓ ਤੇ ਸ਼ਾਇਦ ਇਹ ਪੈਂਦਾ ਫਾਜ਼ਲਕਾ ਚ ਜ਼ਰਾ ਫਾਜ਼ਲਕਾ ਤੇ ਲੋਕੀ ਸ਼ਾਇਦ ਮੁਕਸਰ ਸਮਝਦੇ ਨੇ ਕਿਉਂਕਿ ਮੁਕਸਰ ਤੋਂ ਆਇਆ ਵੀ ਕਿਉਂਕਿ 1 ਕਿਲੋਮੀਟਰ ਹੈ ਸਾਡਾ ਤਕਰੀਬਨ ਵਿਚਾਲੇ ਆ ਜਾਂਦਾ ਹੈ ਤਿੰਨ ਸ਼ਹਿਰਾਂ ਦੇ 30 ਕਿਲੋਮੀਟਰ ਹੀ ਫਾਜ਼ਲਕਾ ਹੈ 25 ਕਿਲੋਮੀਟਰ ਮੁਕਸਰ ਹੈ ਤੇ ਤਕਰੀਬਨ 22 ਕਿਲੋਮੀਟਰ ਜਲਾਲਾਬਾਦ ਹੈ ਤਾਂ ਕਰਕੇ ਕਿਉਂਕਿ ਜ਼ਿਆਦਾ ਰੁਝਾਨ ਮਕਸਰ ਦਾ ਹੁੰਦਾ ਹੀ ਕਿਉਂਕਿ ਮੰਡੀ ਵੀ ਜਾਂ ਜੋ ਬੰਦੇ ਨੇ ਕੋਈ ਲੈਣਾ ਕਰਨਾ ਵੀ ਹੈ ਪੁਰਾਣੇ ਸਮੇਂ ਤੋਂ ਹੀ ਜਿਵੇਂ ਇੱਧਰ ਨੂੰ ਜ਼ਿਆਦਾ ਰੁਝਾਨ ਸਾਡੇ ਘਰਾਂ ਦਾ ਬਣਿਆ ਹੋਇਆ ਠੀਕ ਹੈ ਭਾਈ ਭਾਈ ਜੀ ਜੇ ਗੱਲ ਕਰੀਏ ਆਪਣੇ ਪਿੰਡ ਹਵੇਲੀਆਂ ਵਾਲੀ ਵਜਦਾ ਕਿਉਂਕਿ ਮੈਨੂੰ ਕਾਫੀ ਮੈਸੇਜ ਆਏ ਸੀਗੇ ਤੇ ਅੱਜ ਤੁਸੀਂ ਸਾਨੂੰ ਅਸੀਂ ਤੁਹਾਡੇ ਧੰਨਵਾਦ ਕਰਦੇ ਹਾਂ ਸਮਾਂ ਦਿੱਤਾ ਤੇ ਭਾਈ ਕਾਫੀ ਤੇ ਹੋਰ ਵੀ ਹਵੇਲੀਆਂ ਬਣੀਆਂ ਹੋਈਆਂ ਨੇ ਇਹ ਸਾਡਾ ਭਾਈਚਾਰਾ ਹੀ ਹੈ ਜੀ ਸਾਰਾ ਜਿਹੜੇ ਬਜ਼ੁਰਗ ਸੀ ਸਾਡੇ ਜੀ ਮਤਲਬ ਇਹ ਪੰਜ ਭਰਾਵਾਂ ਦਾ ਤੋਂ ਆਪਣਾ ਪਰਿਵਾਰ ਚ ਕਹਿ ਸਕਦੇ ਹੋ ਕਿਉਂਕਿ ਉਹਦੇ ਵਿੱਚ ਉਹ ਇੱਕ ਹਵੇਲੀ ਆਪਣੀ ਆ ਗਈ ਇਹ ਵੀ ਦੋ ਹਿੱਸਿਆਂ ਦੇ ਵਿੱਚ ਅੱਗੇ ਡਿਵਾਈਡਡ ਹੈ ਡਿਵਾਈਡਡ ਹੈ ਜੀ ਬਾਕੀ ਇੱਕ ਤੁਸੀਂ ਸ਼ੁਰੂਆਤ ਚ ਦੇਖੀ ਹੈ ਜਿਹੜੀ ਜੀ ਤੇ ਪੰਜ ਪਰਿਵਾਰ ਪੰਜ ਭਰਾਵਾਂ ਦੇ ਪਰਿਵਾਰ ਆ ਉਹਨਾਂ ਦੀ ਅੱਡੋ ਅੱਡ ਇੱਕੋ ਸਮੇਂ ਤੇ ਕੰਸਟਰਕਸ਼ਨ ਇਹਦੀ ਸ਼ੁਰੂ ਹੋਈ ਸੀ ਠੀਕ ਹੈ ਜੀ ਹਰੇਕ ਨੇ ਆਪਦੇ ਆਪਦੇ ਖੇਤਾਂ 'ਚ ਹੀ ਆਪਦੇ ਉਹਦੇ ਪੱਠੇ ਲਏ ਸੀ ਅੱਛਾ ਪੱਠੇ ਵੀ ਆਪਦੇ ਲਏ ਚੁੰਨੇ ਦੀ ਇੱਟ ਦੀ ਚਣਾਈ ਹੈ ਜੀ ਚੁੰਨੇ ਦੀ ਚਣਾਈ ਹੈ ਜੀ ਸਾਰੀ ਜੀ ਤੇ ਤਕਰੀਬਨ ਇੱਕੋ ਸਮੇਂ ਤੇ ਕੰਪਲੀਟ ਹੋਈਆਂ ਇਹ ਨਹੀਂ ਅਸੀਂ ਕੀਏ ਬਈ ਕਿੰਨਾ ਸਮਾਂ ਲੱਗਿਆ ਸੀ ਉਸ ਟਾਈਮ ਤੇ ਜੇ ਮਤਲਬ ਬਜ਼ੁਰਗਾਂ ਦੇ ਦੱਸਣ ਮੁਤਾਬਕ ਹੈ ਜੀ ਵੀ 10 ਕੁ ਸਾਲ ਲੱਗੇ ਸੀ ਇਹਨੂੰ 1905 ਚ ਕੰਪਲੀਟ ਹੋ ਗਈ ਸੀ ਜਾਂ ਬਈ 1905 ਹਾਂ ਜੋ ਦੱਸਦੇ ਆ ਵੀ 1905 ਕ ਦੇ ਵਿੱਚ ਕੰਪਲੀਟ ਹੋਈ ਹੈ ਠੀਕ ਆ ਬਈ ਤੇ ਬਈ ਬਹੁਤ ਵਧੀਆ ਤੁਸੀਂ ਅਸਲ ਇਹਨੂੰ ਮੈਂਟੇਨ ਵੀ ਕੀਤਾ ਤੁਹਾਡੇ ਪਰਿਵਾਰ ਵਧਾਈ ਦਾ ਪਾਤਰ ਹੈ ਕਿਉਂਕਿ ਲੋਕ ਸੱਭਿਆਚਾਰ ਦੀਆਂ ਚੀਜ਼ਾਂ ਨੂੰ ਪੁਰਾਤਨ ਚੀਜ਼ਾਂ ਨੂੰ ਭੁੱਲ ਰਹੇ ਨੇ ਅੱਜ ਦੇ ਟਾਈਮ 'ਚ ਸਾਡੀ ਸ਼ੁਰੂ ਤੋਂ ਹੀ ਕੋਸ਼ਿਸ਼ ਹੈ ਵੀ ਜਿਹੜਾ ਬਜ਼ੁਰਗਾਂ ਨੇ ਵਿਰਸਾ ਜੋ ਸਾਨੂੰ ਦਿੱਤਾ ਹੈ ਜੀ ਉਹਨੂੰ ਜਿਵੇਂ ਵੀ ਹੋ ਸਕਦਾ ਸੰਭਾਲੀਏ ਜੀ ਕਿਉਂਕਿ ਇਹ ਵਾਰੀ-ਵਾਰੀ ਨਹੀਂ ਮਿਲਦਾ ਨਵੀਆਂ ਚੀਜ਼ਾਂ ਤਾਂ 100 ਬੰਦਾ ਬਣਾ ਲੈਂਦਾ ਪਰ ਇਹ ਨਹੀਂ ਕਦੇ ਚੀਜ਼ ਬਣਦੀ ਇਹ ਨਹੀਂ ਕਦੇ ਬਣਦੀ ਬਹੁਤ ਵੱਡੀ ਗੱਲ ਆ ਬਾਈ ਜੀ ਤੇ ਬਾਈ ਜੇ ਗੱਲ ਕਰੀਏ ਆ ਜੋ ਆਪਾਂ ਮੂਰੂ ਦੇਖ ਰਹੇ ਸਾਰਾ ਤੇ ਇਹ ਸਾਰਾ ਸੇਮ ਟੂ ਸੇਮ ਉਹੀ ਆ ਜਾਂ ਪਰ ਰੀਨੋਵੇਟ ਚ ਵੀ ਕੋਈ ਚੇਂਜ ਨਹੀਂ ਨਹੀਂ ਆ ਉਹੀ ਹੈ ਜਿਹੜਾ ਇਹ ਪੁਰਾਣੀ ਹੀ ਜਿਹੜੀ ਪਹਿਲਾਂ ਆ ਜੋ ਕਲਾਗਿਰਤੀਆਂ ਨੇ ਸਾਰੀਆਂ ਪੁਰਾਣੀਆਂ ਆ ਜੀ ਇਹ ਕੁਝ ਥੋੜਾ ਬਹੁਤ ਮੋਡੀਫਿਕੇਸ਼ਨ ਤਾਂ ਕੀਤੀਆਂ ਜਿਵੇਂ ਆ ਦਰਵਾਜ਼ਿਆਂ ਦੀ ਪਹਿਲਾਂ ਪੰਜ ਦਰਵਾਜ਼ੇ ਹੁੰਦੇ ਸੀ ਇੱਥੇ ਆ ਇਹਨਾਂ ਦੀ ਜਗ੍ਹਾ ਤੇ ਜੋ ਵੱਡਾ ਇੱਕ ਕੀਤਾ ਹੈ ਜਾਂ ਮੀਨਾਕਾਰੀ ਠੀਕ ਦੁਬਾਰਾ ਹੋਈ ਹੈ ਜਦੋਂ ਰੀਨੋਵੇਸ਼ਨ ਹੋਈ ਹੈ ਪਰ ਆ ਜੋ ਵੱਧ ਰਹੇ ਪੁਰਾਣੇ ਐ ਅਚਰੋਖੇ ਵਗੈਰਾ ਜੀ ਸਾਰੇ ਰੱਖੇ ਨੇ ਸਾਰੇ ਚਰੋਖੇ ਪੁਰਾਣੇ ਐ ਜੀ ਉਹ ਜਿਹੜਾ ਬਾਕੀ ਤੁਸੀਂ ਦੇਖ ਰਹੇ ਹੋ ਪੁਰਾਣੇ ਹੀ ਐ ਸਾਰਾ ਠੀਕ ਆ ਬਾਈ ਜੀ ਤੇ ਬਈ ਕਾਫੀ ਜੇ ਕਈ ਅੱਜ ਦੇ ਟਾਈਮ ਦੇ ਆਰਕੀਟੈਕਟ ਵੀ ਆਉਂਦੇ ਹੋਣਗੇ ਦੇਖਣ ਲੈਣਾ ਬਈ ਇਹ ਤਾਂ ਕੁਛ ਨਾ ਕੁਛ ਮਤਲਬ ਵੀ ਉਹ ਕੋਈ ਚੀਜ਼ ਦੇਖ ਕੇ ਲੈ ਜਾਂਦੇ ਹੋਣਗੇ ਵੀ ਡਿਜ਼ਾਈਨ ਚ ਹਾਂ ਜੀ ਇਹ ਦੇਖ ਕੇ ਕਾਫੀ ਜਾਣਿਆਂ ਨੇ ਜਿਵੇਂ ਕਾਪੀ ਵੀ ਕੀਤੀ ਐ ਠੀਕ ਹੈ ਜੀ ਇਹਦੀ ਕੋਈ ਆਲੇ ਦੁਆਲੇ ਜਿੰਨੇ ਕੋਈ ਨਵੀਆਂ ਕੋਈ ਘਰ ਬਣ ਰਹੇ ਹੈ ਜਾਂ ਕੁਝ ਤਕਰੀਬਨ ਇਹਦਾ ਆਰਕੀਟੈਕਚਰ ਵੀ ਕਈ ਜਾਣਿਆ ਨੇ ਜੀ ਦੇਖ ਕੇ ਇਹ ਆਪਦੇ ਅਪਣਾਇਆ ਠੀਕ ਆ ਬਈ ਜੀ ਤੇ ਵੀਰਾਂ ਅੰਦਰੋਂ ਦਿਖਾਈਏ ਦਰਸ਼ਕਾਂ ਨੂੰ ਤੇ ਬਾਹਰੋਂ ਦਰਸ਼ਕ ਵੀ ਇਹ ਕਹਿਣਗੇ ਕਾਫੀ ਚੀਜ਼ਾਂ ਮਤਲਬ ਬਖਰੀਆਂ ਅੱਜ ਦੇ ਟਾਈਮ 'ਚ ਉਹ ਨਹੀਂ ਬਣ ਸਕਦੀਆਂ ਚਾਹੇ ਆਪਾਂ ਜਿੰਨੇ ਉਹ ਕਰ ਲਈਏ ਕਿਉਂਕਿ ਉਸ ਟਾਈਮ ਦੀ ਆਰਕੀਟੈਕਟ ਤੇ ਉਸ ਟਾਈਮ ਦੇ ਮਿਸਤਰੀ ਸ਼ੌਂਕ ਨਾਲ ਕੰਮ ਕਰਦੇ ਸੀ ਅੱਜ ਪੈਸੇ ਨਾਲ ਕੰਮ ਹੁੰਦਾ ਹੈ ਨਾ ਬਈ ਜੀ ਬਿਲਕੁਲ ਕੋਈ ਨਹੀਂ ਏ ਬਈ ਮੇਨ ਡਰਾਇੰਗ ਰੂਮ ਆ ਗਿਆ ਨਹੀਂ ਮੇਨ ਐਂਟਰੈਂਸ ਹੈ ਜੀ ਇਹ ਸਿਟਿੰਗ ਹੈ ਠੀਕ ਹੈ ਜੀ ਜਿਹੜੀ ਮੇਨ ਡਰਾਇੰਗ ਰੂਮ ਆ ਹੈ ਡਰਾਇੰਗ ਰੂਮ ਅੱਗੇ ਆ ਗਿਆ ਹਾਂ ਜੀ ਠੀਕ ਹੈ ਜੀ ਇਹ ਆ ਗਿਆ ਡਰਾਇੰਗ ਰੂਮ ਹਾਂ ਜੀ ਇਹ ਗੈਲਰੀ ਹੈ ਇਹਦੇ ਅੱਛਾ ਤੁਸੀਂ ਦੇਖ ਰਹੇ ਹੋ ਉੱਤੇ ਇਹ ਇਹ ਉੱਪਰ ਇਹ ਲੱਕੜ ਦੀ ਛੱਤ ਹੈ ਹਾਂ ਜੀ ਇਹ ਦੀਵਾਰ ਲੱਕੜ ਯੂਜ਼ ਹੋਈ ਸੀ ਇੱਥੇ ਸਾਰੇ ਹਵੇਲੀ ਦੇ ਵਿੱਚ ਉਦੋਂ ਠੀਕ ਹੈ ਜੀ ਉਦੋਂ ਬਣੀ ਸੀ ਉਹ ਹੀ origianlly ਹੈ ਜੀ ਪੁਰਾਣਾ ਦੇਖੋ ਨਾ ਬਈ 100 ਸਾਲ ਤੋਂ ਉੱਪਰ ਹੈ ਨਾ ਲੱਕੜ ਵੀ ਹਾਂ ਜੀ ਹਾਂ ਜੀ ਬਿਲਕੁਲ ਸੇਮ ਟੂ ਸੇਮ ਉਵੇਂ ਹੀ ਤੇ ਕਲਰ ਹੀ ਹੋਏ ਹੋਣੇ ਤੇ ਕੱਲਾ ਕੋਟ ਬਚਾ ਲਿਆ ਹੋਇਆ ਜੀ ਬਾਈ ਤਕਰੀਬਨ ਜਿੰਨੀ ਅਮੀਨਾਕਾਰੀ ਵੀ ਤੁਸੀਂ ਪੇਂਟਿੰਗ ਦੇ ਉੱਤੇ ਦੇਖ ਰਹੇ ਹੋ ਇਹ ਪ੍ਰਾਣੀਆਂ ਹੀ ਹਨ ਹੁਣ ਤਾਂ ਅਸੀਂ ਤਾਂ ਸਿਰਫ ਇਹਨੂੰ ਥੋੜਾ ਜਿਹਾ ਉਹਨੂੰ ਮਤਲਬ ਜਿਵੇਂ ਕਹਿ ਸਕਦੇ ਹੋ ਰੀਨੋਵੇਸ਼ਨ ਦੇ ਦੌਰਾਨ ਜਿਹੜੇ ਖਰਾਬ ਹੋਈ ਸੀ ਜਾਂ ਕਿਸੇ ਨੂੰ ਠੀਕ ਕੀਤਾ ਜੀ ਤੇ ਬਈ ਜੋ ਇਹ ਲੱਕੜ ਦਾ ਵੀ ਆਪਾਂ ਆ ਦੇਖ ਰਹੇ ਆ ਇਹ ਜੋ ਵੱਧ ਰਿਹਾਗੇ ਇਹ ਵੀ ਓਰੀਜਨਲ ਹੈ ਜੀ ਠੀਕ ਹੈ ਜੀ ਤੇ ਇੱਕ ਬਾਈ ਜਿਵੇਂ ਤੁਸੀਂ ਦੱਸ ਦਿੱਤੀ ਸੀ ਨਾ ਜਿਵੇਂ ਪਹਿਲਾਂ ਆਪਾਂ ਪੁਰਾਣੀਆਂ ਫਿਲਮਾਂ 'ਚ ਉਹ ਪੱਖੇ ਵਾਲਾ ਸੀਨ ਦੇਖਦੇ ਹੁੰਦੇ ਸੀ ਮਤਲਬ ਉਹ ਵੀ ਇੱਥੇ ਉਦੋਂ ਹੁੰਦਾ ਸੀ ਜਦੋਂ ਹੁਣ ਤਾਂ ਅੱਜ ਕੱਲ ਤਾਂ ਚਲੋ ਬਿਜਲੀ ਆ ਗਈ ਉਦੋਂ ਆਹੀ ਸੀ ਇੱਥੇ ਮੇਨ ਡਰਾਇੰਗ ਰੂਮ ਜਿਹੜਾ ਇੱਥੇ ਹੀ ਲੱਗਿਆ ਹੁੰਦਾ ਸੀ ਜਿਵੇਂ ਬਜ਼ੁਰਗਾਂ ਦੱਸਣ ਮੁਤਾਬਕ ਵੀ ਵੱਡਾ ਪੱਖਾ ਜਿਹੜਾ ਕਿ ਬੰਦਿਆਂ ਲੋ ਗੇੜਿਆ ਜਾਂਦੇ ਉੱਥੋਂ ਉੱਥੇ ਬਹਿ ਕੇ ਠੀਕ ਹੈ ਜੀ ਜੀ ਬੰਦਾ ਬਹਿ ਕੇ ਚਲਾਉਦਾ ਸੀ ਠੀਕ ਹੈ ਵੀ ਜੀ ਤੇ ਬਹੁਤ ਵਧੀਆ ਤੁਸੀਂ ਦਰਸ਼ਕ ਵੀਰ ਨੂੰ ਦੇਖ ਸਕਦੇ ਹੋ ਕਾਫੀ ਦਰਸ਼ਕਾਂ ਨੂੰ ਇਹ ਚੋ ਕੁਝ ਸਿੱਖਣ ਨੂੰ ਵੀ ਮਿਲਣਾ ਕਿਉਂਕਿ ਜੋ ਮਿੱਤਰ ਨਾਲ ਨਵੀਆਂ ਹਵੇਲੀਆਂ ਜਾਂ ਨਵੇਂ ਘਰ ਬਣਾ ਰਹੇ ਨੇ ਕਾਫੀ ਚੀਜ਼ਾਂ ਜੋ ਇੱਥੇ ਹੋਈਆਂ ਹੋਈਆਂ ਨੇ ਮੈਨੂੰ ਲੱਗਦਾ ਵੀ ਬਹੁਤ ਘੱਟ ਰਾਜਸਥਾਨ 'ਚ ਤਾਂ ਭਾਈ ਇਹ ਚੀਜ਼ ਦੇਖਣ ਨੂੰ ਮਿਲ ਜੂ ਪੰਜਾਬ ਤਾਂ ਮੈਨੂੰ ਲੱਗਦਾ ਬਹੁਤ ਘੱਟ ਹੋਣਾ ਹਾਂਜੀ ਰਾਜਸਥਾਨ 'ਚ ਬਹੁਤ ਸੰਭੇਰ ਵਿਰਸਾ ਹਾਂਜੀ ਤੇ ਕਰੀਬਨ ਪਰ ਉੱਥੇ ਇੱਕ ਫਾਇਦਾ ਵੀ ਹੈਗਾ ਲੋਕਾਂ ਨੂੰ ਕਿਉਂਕਿ ਟੂਰਿਜ਼ਮ ਨੂੰ ਬਹੁਤ ਇੱਕ ਟੂਰਿਸਟ ਸਟੇਟ ਹੋਣ ਕਰਕੇ ਜੀ ਉਹਦੇ ਅੰਡਰ ਬਹੁਤ ਉਹਨਰ ਫਾਇਦਾ ਮਿਲ ਜਾਂਦਾ ਹੈ ਕਲਾਇੰਟੇਲ ਵੀ ਕੋਈ ਬਾਹਰਲਾ ਟੂਰਿਸਟ ਵੀ ਆਉਂਦਾ ਜੀ ਬਈ ਇੱਥੇ ਆਪਣੇ ਉਸ ਪੱਖੋਂ ਥੋੜਾ ਜਿਹਾ ਇਹਦਾ ਡਰਾਅ ਬੈਕ ਹੈਗਾ ਡਰਾਅ ਬੈਕ ਹੈਗਾ ਹਾਂਜੀ ਬਈ ਤੇ ਬਈ ਜੀ ਜੇ ਗੱਲ ਕਰੀ ਇਧਰ ਸੰਦੂਕ ਤੇ ਪੁਰਾਣਾ ਹੀ ਟੇਪ ਰੈਡੂ ਵੀ ਸਾਰਾ ਬਈ ਹਾਂਜੀ ਜੀ ਤੇ ਇਹ ਵੀ ਬਹੁਤ ਵਧੀਆ ਤੇ ਸੰਦੂਕ ਦਾ ਇੱਕ ਮੈਂ ਦੇਖ ਰਿਹਾ ਵੀ ਲੌਕ ਵੀ ਬਹੁਤ ਪੁਰਾਣਾ ਲੱਗਦਾ ਹਾਂ ਹਾਂਜੀ origianlly ਹੈ ਜਦੋਂ ਤੇ ਠੀਕ ਹੈ ਸੰਦੂਕ ਨਾਲ ਜੋ ਮਤਲਬ ਹੈਗੇ ਸੀ ਹਣਾ ਬਈ ਦੇਖੋ ਬਹੁਤ ਵੱਖਰੀ ਤਰ੍ਹਾਂ ਦਾ ਤੇ ਇਹ ਇਹ ਚ ਬਈ ਆਪਾਂ ਮਤਲਬ ਆ ਜਿੱਥੇ ਆਪਾਂ ਖੜੇ ਆ ਵਸ ਇਹਨੂੰ ਰੀਨੋਵੇਟ ਹੀ ਕੀਤਾ ਕੋਈ ਨਵਾਂ ਨਹੀਂ ਚੇਂਜ ਨਹੀਂ ਕੀਤਾ ਬਿਲਕੁਲ ਉਹੀ ਚੀਜ਼ ਹੈ ਫਾਇਰਪਲੇਸ ਵੀ ਵਰਕਿੰਗ ਹੈ ਇਹਦੀ ਜਿਹੜੀ ਉੱਤੇ ਹਜੇ ਚੱਲਦੀ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਇਹ ਤਕਰੀਬਨ ਜਿਹੜੀਆਂ ﺍﻟमारीਆਂ ਵੀ ਬਣੀਆਂ ਇਹ ਵੀ ਪੁਰਾਣੀਆਂ ਹੀ ਆ ਠੀਕ ਹੈ ਜੀ ਉਤਲਾ ਵੀ ਕੋਈ ਇਹਦੇ ਚੇਂਜਸ ਨਹੀਂ ਹੋਏ ਠੀਕ ਹੈ ਜੀ ਪੇਂਟਿੰਗਸ ਵੀ ਪੁਰਾਣੀਆਂ ਹੀ ਆ ਮਤਲਬ ਆ ਜੋ ਬਜ਼ੁਰਗਾਂ ਨੇ ਆਨੰਦ ਵਾਣੇ ਆ ਆਪਾਂ ਉੱਥੇ ਖੜੇ ਆ ਜੀ ਬਿਲਕੁਲ ਜੀ ਬਾਈ ਜੀ ਤੇ ਬਈ ਇਧਰ ਇੱਕ ਵਾਰ ਰੂਮ ਦਿਖਾ ਦੀ ਹੈ ਨਾ ਨਾਲ ਇਧਰ ਹਾਂਜੀ ਬਈ ਜਿਵੇਂ ਆਪਾਂ ਰੂਮ ਦਿਖਾ ਦੇ ਬਈ ਇਹ ਵੀ オリジナル ਮਤਲਬ ਸ਼ੁਰੂ ਤੋਂ ਹੀ ਜੋ ਵੇਜੀ ਦੇ ਵਿੱਚ ਸੀਗਾ ਹਾਂਜੀ ਜੀ ਪੁਰਾਣਾ ਹੀ ਹੈ ਬਿਲਕੁਲ ਠੀਕ ਹੈ ਤੇ ਬਈ ਇਧਰ ਆਪਾਂ ਛੱਤ ਦੇਖ ਰਹੇ ਹਾਂ ਬਈ ਇਹ ਮੈਂ ਡਾਟਾ ਕੀ ਜੀ ਹਾਂਜੀ ਠੀਕ ਹੈ ਜੀ ਪੱਖੇ ਵੀ ਪੁਰਾਣੇ ਆ ਗਏ ਹਨਾ ਵੀ ਪੱਖੇ ਵੀ ਪੁਰਾਣੇ ਨੇ ਤਕਰੀਬਨ ਜਿਹੜਾ ਪਰਦਰਵ ਕੀਤਾ ਸੀ ਜੇ ਕੋਈ ਦੁਬਾਰਾ ਵੀ ਆਪ ਲਾਇਆ ਜਿਵੇਂ ਆਹ ਸ਼ੀਸ਼ੇ ਐ ਜੀ ਇਹ オリジナル ਪਹਿਲੇ ਖਰਾਬ ਹੋ ਗਏ ਸੀਗੇ ਤੇ ਪਹਿਲਾਂ ਵੀ ਕਲਰਫੁਲੀ ਸੀ ਬਈ ਕਲਰ ਹਾਂਜੀ ਕਲਰਡ ਸ਼ੀਸ਼ੇ ਸੀ ਉਹ ਬੈਲਜੀਅਮ ਤੋਂ ਦਸ ਦੇ ਵੀ ਉਦੋਂ ਆਏ ਸੀਗੇ ਉਸ ਟਾਈਮ ਤੇ ਜੀ ਇਹ ਹੁਣ ਫਿਰ ਸਾਨੂੰ ਉਹ ਬੰਬੇ ਤੋਂ ਤੇ ਰਾਜਸਥਾਨ ਚੋਂ ਮਿਲੇ ਮਿਲਲੇ ਉੱਥੋਂ ਮੰਗਾਏ ਆਪਣੇ ਪੰਜਾਬ ਚ ਤਾਂ ਨਹੀਂ ਇੱਥੇ ਠੀਕ ਹੈ ਮਤਲਬ ਤੁਸੀਂ ਸੇਮ ਟੂ ਸੇਮ ਰੱਖਣ ਦੀ ਉਹੀ ਕੋਸ਼ਿਸ਼ ਕੀਤੀ ਹਾਂਜੀ ਜੀ ਤੇ ਬਈ ਜੇ ਮੈਂ ਦੇਖ ਲੈ ਰੋਸ਼ਨਦਾਨ ਹੈ ਜਾਂ ਮਤਲਬ ਹਵਾ ਵਾਸਤੇ ਜਾਂ ਇਹ ਕੀ ਰੋਸ਼ਨਦਾਨ ਹੈ ਜੀ ਠੀਕ ਹੈ ਜੀ ਇੱਕ ਗਲਾਸ ਲੱਗਾ ਲਾਈਟਿੰਗ ਵਾਲਾ ਠੀਕ ਹੈ ਜੀ ਕਿਉਂਕਿ ਅਜੇ ਤੱਕ ਲਾਈਟ ਅਵੇਲੇਬਲ ਹੋਗੀ ਉਸ ਟਾਈਮ ਤੱਕ ਤਾਂ ਹੋਣੀ ਨਹੀਂ ਜੀ ਜੀ ਬਾਈ ਜੀ ਬਾਈ ਜਿਵੇਂ ਰੂਮ ਤੁਸੀਂ ਦਿਖਾਇਆ ਤੇ ਇੱਕ ਵਾਰੀ ਤੁਸੀਂ ਦੱਸਦੇ ਸੀਗੇ ਇਹ ਜਿਹੜਾ ਇਹ ਏਰੀਆ ਆ ਗਿਆ ਇਹ ਪਾਰਟੀਸ਼ਨ ਆਪਾਂ ਦੁਬਾਰੇ ਬਣਾਈ ਆ ਇਧਰਲਾ ਏਰੀਆ ਇਹ ਥੋੜੀਆਂ ਮੋਡੀਫਿਕੇਸ਼ਨਸ ਕੀਤੀਆਂ ਸੀਗੀਆਂ ਠੀਕ ਹੈ ਜੀ ਇਹਦੇ ਵਿੱਚ ਜਿਵੇਂ ਕਮਰੇ ਪੁਰਾਣੇ ਹਿਸਾਬ ਨਾਲ ਬਣੇ ਹੋਏ ਸੀਗੇ ਜੀ ਕੁਛ ਲੌਬੀ ਬਣਾਈ ਹੈ ਬੈਡਰੂਮ ਵੱਡੇ ਕੀਤੇ ਆ ਠੀਕ ਹੈ ਜੀ ਤਾਂ ਇਹਦੇ ਥੋੜੀਆਂ ਮੋਡੀਫਿਕੇਸ਼ਨਸ ਕੀਤੀਆਂ ਆ ਆ ਐਜ਼ ਇਟ ਇਜ਼ ਜਿਹੜਾ ਇਹ ਐਜ਼ ਇਟ ਹੀ ਹੈ ਹਾਂ ਜੀ ਇਹ ਉਹ ਵੀ ਪੁਰਾਣਾ ਇਹ ਡਾਈਨਿੰਗ ਰੂਮ ਹੁੰਦਾ ਸੀ ਠੀਕ ਹੈ ਡਾਈਨਿੰਗ ਰੂਮ ਆ ਗਿਆ ਠੀਕ ਆ ਬਈ ਜੀ ਤੇ ਇਹ ਦਰਸ਼ਕ ਵੀਰਾਂ ਨੂੰ ਦਿਖਾ ਦਈਏ ਜੀ ਤੇ ਅੱਗੇ ਉੱਪਰ ਚੱਲਾਂਗੇ ਤੇ ਗੱਲਬਾਤ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਆ ਵੀ ਬਾਈ ਹੋਰਾਂ ਨੇ ਜਿਹੜੀ ਚੀਜ਼ਾਂ ਸੰਭੀ ਬਹੁਤ ਤਰੀਕੇ ਨਾਲ ਬਹੁਤ ਵਧੀਆ ਤੇ ਪਰਿਵਾਰ ਵਧਾਈ ਦਾ ਪਾਤਰ ਹੈ ਕਿਉਂਕਿ ਹਰ ਇੱਕ ਚੀਜ਼ ਇਹ ਚੀਜ਼ਾਂ ਵਈ ਦੇਖਣ ਨੂੰ ਨਹੀਂ ਮਿਲਦੀਆਂ ਅੱਜ ਦੇ ਟਾਈਮ 'ਚ ਤੇ ਪਿੱਤਲ ਜਰੂਰ ਕਹਿੰਦਾ ਕੋਈ ਪਿੱਤਲ ਲਾਤੀ ਲੱਕੜ ਤੇ ਪਰ ਉਹ ਪਿੱਤਲਾਂ ਜਿਹੜੀਆਂ ਚੀਜ਼ਾਂ ਪਹਿਲਾਂ ਬਣੀਆਂ ਨੇ ਉਹ ਮੈਨੂੰ ਨਹੀਂ ਲੱਗਦਾ ਵੀ ਪੂਰੇ ਪੰਜਾਬ 'ਚ ਕਿਤੇ ਹੋਣੀਆਂ ਅਵੇਲੇਬਲ ਤੇ ਇਹ ਇਹ ਬਈ ਆਪਾਂ ਰੀਨੋਵੇਟ ਕਰਕੇ ਦਵਾਰੇ ਬਣਾਇਆ ਹਾਂਜੀ ਇਹ ਦਵਾਰਾ ਰੀਨੋਵੇਟ ਕਰਕੇ ਠੀਕ ਆ ਭਾਈ ਜੀ ਭਾਈ ਜੀ ਇਹ ਅਲਮਾਰੀ ਵੀ ਮੈਂ ਦੇਖ ਰਿਹਾ ਕਾਫੀ ਪੁਰਾਣੀ ਆ ਇਹ ਵੀ ਉਦੋਂ ਦੀ ਹੈ ਜੀ ਠੀਕ ਹੈ ਜੀ ਤਕਰੀਬਨ ਤੇ ਉਸ ਤੋਂ ਬਾਅਦ ਇਹ ਬਈ ਸੇ ਤਾਂ ਸੇਫ ਹੈ अच्छा अलमारी लेगी लॉकर ਆਪਾਂ ਕਹਿ ਦਿੰਨੇ ਆ ਠੀਕ ਹੈ ਠੀਕ ਹੈ ਤਾਂ ਹੀ ਲੋਹਾਰ ਹਣਾ ਬਈ ਲੱਗਿਆ ਹੋਇਆ ਜੱਜ ਕੇ ਬਹੁਤ ਭਾਰੀ ਹੈ ਠੀਕ ਹੈ ਜੀ ਚੱਕੀ ਨਹੀਂ ਜਾ ਸਕਦੀ ਹਾਂਜੀ ਹਲਣੀ ਰਹੀ ਬਿਲਕੁਲ ਤੇ ਇਧਰ ਬਈ ਵਿੜਾ ਆ ਗਿਆ ਹੈ ਨਾ ਆਪਣਾ ਸਾਰਾ ਸਿਸਟਮ ਠੀਕ ਆ ਬਈ ਜੀ ਇਹ ਅੱਗੇ ਇਹ ਰੂਮ ਵੀ ਪੁਰਾਣੇ ਨੇ ਬਈ ਇਧਰ ਨਾਲ ਜਿਹੜੇ ਆ ਜਾਂਦੇ ਨੇ ਇਧਰ ਹਾਂਜੀ ਕੋਈ ਮਾੜਾ ਮੋਟਾ ਚੇਂਜਸ ਹੋਈਆਂ ਜਿਵੇਂ ਕੋਈ ਰਸੋਈ ਦਾ ਕਿਤੇ ਉਦੋਂ ਓਪਨ ਹੁੰਦਾ ਸੀ ਮਨ ਲਾਦਾ ਉਹ ਜਿਵੇਂ ਬੰਦ ਕੀਤਾ ਇਧਰ ਵੀ ਬੈਡਰੂਮ ਹੈ ਜੀ ਇਹ ਬਾਅਦ ਚ ਐਡ ਕੀਤੇ ਆ ਜੀ ਦੋ ਬੈਡਰੂਮ ਇਧਰ ਵੀ ਹੈਗੇ ਆ ਜੀ ਭਈ ਇੱਕ ਗੱਲ ਹਨਾ ਜੇ ਆਪਾਂ ਕਰੀਏ ਜਿਵੇਂ ਅੱਜ ਦੇ ਟਾਈਮ 'ਚ ਜੋ ਘਰ ਬਣਦੇ ਨੇ ਜ਼ਿਆਦਾਤਰ ਬੰਦ ਬਣਾਉਂਦੇ ਆ ਪਰ ਉਸ ਟਾਈਮ ਤੇ ਆਪਾਂ ਦੇਖਿਆ ਨਾ ਸਾਰੇ ਪਾਸੋਂ ਰੋਸ਼ਨੀ ਪੈਂਦੀ ਹੈ ਘਰ 'ਚ ਆਪਾਂ ਪਹਿਲਾਂ ਉਧਰ ਦੀ ਵੈਂਟਰ ਹੋਏ ਆ ਇਧਰੋਂ ਵੀ ਦੇਖੀਏ ਬਰਾਡੇ ਆਗੇ ਮਤਲਬ ਹਰ ਪਾਸਿਓਂ ਹਵਾਦਾਰ ਖੁੱਲੇ ਬਣਾਏ ਹੋਏ ਸੀ ਨਾ ਸਿਸਟਮ ਉਦੋਂ ਫਿਰ ਇੰਨੇ ਫੈਸਿਲਿਟੀਆਂ ਨਹੀਂ ਹੁੰਦੀਆਂ ਸੀ ਜੀ ਇਹਦੇ ਕਰਕੇ ਜੇ ਹੁਣ ਤਾਂ ਆਪਾਂ ਉਦੋਂ ਨਾ ਤਾਂ ਬਿਜਲੀ ਹੁੰਦੀ ਸੀ ਜਦੋਂ ਬਣਾਇਆ ਤਾਂ ਉਸ ਨਾਲ ਕੋਈ ਲਾਈਟ ਦੀ ਜਿਹੜੇ ਕਿਸ ਤਰੀਕੇ ਨਾਲ ਆਊਗੀ ਵੈਂਟਿਲੇਸ਼ਨ ਲਈ ਜੀ ਹਰੇਕ ਚੀਜ਼ ਨੂੰ ਉਸ ਨੂੰ ਨਜ਼ਰ 'ਚ ਰੱਖ ਕੇ ਬਣਾਈਆਂ ਗਈਆਂ ਸੀਗੀਆਂ ਜੀ ਅ ਬਾਈ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਦੱਸਿਆ ਤੇ ਬਹੁਤ ਵਧੀਆ ਤੁਸੀਂ ਆਪਣੀ ਹਵੇਲੀ ਮੇਨਟੇਨ ਕੀਤੀ ਹੋਈ ਹੈ ਤੇ ਬਾਈ ਜੇ ਅਕਸਰ ਦੇਖੀਏ ਤੇ ਜਦੋਂ ਇੰਨੀ ਸੋਹਣੀ ਹਵੇਲੀ ਆ ਪੁਰਾਣੀ ਹਵੇਲੀ ਆ ਪ੍ਰਾਤਨ ਤੇ ਫਿਲਮਾਂ ਵਾਲੇ ਗਾਣੇ ਵਾਲੇ ਵੀ ਬਹੁਤ ਆਉਂਦੇ ਹੋਣੇ ਬਾਈ ਫਿਰ ਆਉਂਦੇ ਤਾਂ ਬਹੁਤ ਆ ਪਰ ਅਸੀਂ ਬਾਲਾ ਐਂਟਰਟੇਨ ਨਹੀਂ ਕਰਦੇ ਕਿਉਂਕਿ ਇਹ ਵੀ ਇੱਕ ਤਾਂ ਫੈਮਿਲੀ ਵਿੱਚ ਰਹਿੰਦੀ ਹੈ ਜੀ ਬਾਈ ਤੇ ਇੱਕ ਇਹ ਵੀ ਉਹਨਾਂ ਦਾ ਖਲਾਰਾ ਵਾਲਾ ਹੁੰਦਾ ਠੀਕ ਹੈ ਸੁਣਾਈ ਨਹੀਂ ਕਰਦੇ ਮਤਲਬ ਉਹ ਇਹ ਚੀਜ਼ ਨਹੀਂ ਸਮਝਦੇ ਇਹ ਕੀ ਚੀਜ਼ ਆ ਬਿਲਕੁਲ ਕੋਈ ਜ਼ਿਆਦਾ ਚਲੋ ਆਪ ਦਾ ਜਮਾ ਨਿੱਜੀ ਹੈ ਜਾਂ ਲਿਹਾਜੀ ਹੈ ਉਹ ਅੱਡ ਗੱਲ ਹੋ ਜਾਂਦੀ ਪਰ ਕਮਰਸ਼ੀਅਲ ਲੈਵਲ ਤੇ ਅਸੀਂ ਕਮਰਸ਼ੀਅਲ ਲੈਵਲ ਤੇ ਨਹੀਂ ਆਪ ਕਰਦੇ ਠੀਕ ਹੈ ਇਹ ਵੀ ਗੱਲ ਬਹੁਤ ਵਧੀਆ ਬਈ ਦਸਤੀ ਤੁਸੀਂ ਕਿਉਂਕਿ ਕਈ ਵਾਰ ਵੀਡੀਓ ਦੇਖ ਕੇ ਹਰ ਕੋਈ ਆ ਜਾਂਦਾ ਨਾ ਸਿਸਟਮ ਤੇ ਪਰ ਜਦੋਂ ਆਪਾਂ ਇੰਨੇ ਟਾਈਮ ਦੀ ਮੇਨਟੇਨ ਕਰ ਰਹੇ ਆ ਤਾਂ ਜ਼ਰੂਰੀ ਨਹੀਂ ਵੀ ਆਪਾਂ ਕੋਈ ਵੀ ਆ ਕੇ ਕੋਈ ਚੀਜ਼ੇ ਤੇ ਖਰਾਬ ਕਰ ਦੇ ਤੇ ਪਰ ਕੋਈ ਦੇਖਣਾ ਚਾਹੁੰਦਾ ਤਾਂ ਦੇਖ ਸਕਦਾ ਹਨਾ ਬਈ ਬਿਲਕੁਲ ਉਹਦੇ ਕੋਈ ਹਾਂਜੀ ਬਈ ਤੇ ਬਈ ਹੁਣ ਆਪਾਂ ਗੱਲ ਕਰੀਏ ਤੁਹਾਡੇ ਕੋਲੇ ਜਿਵੇਂ ਗੱਡੀ ਵੀ ਦੇਖ ਰਹੇ ਹਾਂ ਤੇ ਇਹ ਜੀਪ ਇਹ ਬਈ ਕਿਹੜਾ ਮਾਡਲ ਹੈਗੀ ਇਹ ਇਹ 1944 ਮਾਡਲ ਹੈ ਜੀ ਫੋਰਡ ਕੰਪਨੀ ਦੀ ਜੀਪੀਡਬਲਿਊ ਮਾਡਲ ਹੈ ਜੀ ਵਰਲਡ ਵਾਰ 2 ਚ ਯੂਜ਼ ਹੋਈਆਂ ਸੀ ਠੀਕ ਹੈ ਤੇ ਮੇਰੇ ਦਾਦਾ ਜੀ ਨੇ ਲਈ ਸੀਗੀ ਇਹ ਅੱਛਾ ਜੀ 1951 ਦੇ ਵਿੱਚ ਮਹਾਰਾਜਾ ਫਰੀਦਕੋਟ ਨੇ ਆਕਸ਼ਨ ਕੀਤੀਆਂ ਸੀਗੀਆਂ ਉਹਨਾਂ ਤੋਂ ਉਦੋਂ ਖਰੀਦੀ ਸੀ ਆਕਸ਼ਨ ਦੇ ਵਿੱਚ ਠੀਕ ਹੈ ਰਨਿੰਗ ਕੰਡੀਸ਼ਨ ਬਈ ਹੁਣ ਹਾਂਜੀ ਰਨਿੰਗ ਕੰਡੀਸ਼ਨ ਹੈ ਵੈਸੇ ਪੈਟਰੋਲ ਇੰਜਨ ਹੈ ਇਹ ਲੈਫਟ ਹੈਂਡ ਠੀਕ ਹੈ ਜੀ ਤੇ ਕੋਸ਼ਿਸ਼ ਕੀਤੀ ਅਸੀਂ ਸਾਰੀ origignal ਜਿਵੇਂ as it is ਇਹਨੂੰ ਠੀਕ ਹੈ ਜੀ ਕਰਨ ਦਾ ਬਈ ਇਹਦੀ ਫਿਰ ਅਸੈਸਰੀ ਵਗੈਰਾ ਕਿੱਥੋਂ ਮਿਲੀ ਬਈ ਮਤਲਬ ਬਾਹਰੋਂ ਮੰਗਵਾਈ ਹੋਣੀ ਇਹ ਨਾ ਅਮਰੀਕਾ ਤੋਂ ਅੱਛਾ ਉੱਥੇ ਸਮਾਨ ਮਿਲ ਜਾਂਦਾ ਇਹਦਾ ਪੁਰਾਣਾ ਤੇ तकरीबन ਸਾਰਾ ਹੀ ਬਾਹਰੋਂ ਮੰਗਾਇਆ ਜਿਵੇਂ ਇਹਦੀਆਂ ਹੈੱਡ ਲੈਂਪਸ ਹੋ ਗਏ ਬਲੈਕ ਆਊਟ ਲੈਂਪਸ ਜੀ ਰਿਫਲੈਕਟਰ ਠੀਕ ਹੈ ਜੀ ਤੁਹਾਡੇ ਵਾਈਪਰ ਜੀ ਮਾਈਲੋਮੀਟਰ ਸਵਿਚਾਂ ਠੀਕ ਹੈ ਜੀ A to Z तकरीबन ਬਾਹਰੋਂ ਹੀ ਮੰਗਾਇਆ ਦਾ ਸਮਾਨ ਜੀ ਬਈ ਬਾਈ ਜੀ ਜਿਵੇਂ ਉਹ ਤਾਂ ਜੀਪ ਦੀ ਗੱਲ ਹੋ ਗਈ ਤੇ ਕਈ ਬਿੱਲੀ ਜੀਪ ਵੀ ਖੜੀ ਆਪਣੇ ਕੋਲੇ ਇਹ ਵੀ ਪੁਰਾਣੀ ਹੈ ਜੀ ਇਹ ਬਿੱਲੀ ਸੀਜੇ 3 ਵੀ ਮਾਡਲ ਹੈ ਇਹ ਰਾਈਟ ਹੈਂਡ ਹੈ ਵੈਸੇ ਲੈਫਟ ਹੈਂਡ ਹੀ ਸੀਗੀ ਅੱਛਾ ਜੀ ਪੈਟਰੋਲ ਦੀ ਪਰ ਬਰਾਦ ਚ ਉਹਦਾ ਰਵਾਜ ਚੱਲਿਆ ਸੀਗਾ ਰਾਈਟ ਹੈਂਡ ਕਰਾਉਣ ਦਾ ਠੀਕ ਹੈ ਜੀ ਤਾਂ ਇਹ ਬ੍ਰਾਂਡ ਨਵੀਂ ਸੀਗੀ 1971 ਮਾਡਲ ਹੈ ਮੇਰੇ ਸਾਹਮਣੇ ਉਦੋਂ ਫਿਰ ਰਾਈਟ ਹੈਂਡ ਤੇ ਡੀਜ਼ਲ ਇੰਜਨ ਇਹਦੇ ਵਿੱਚ ਠੀਕ ਹੈ ਜੀ ਅਰੀਜਨਲੀ ਲੈਫਟ ਹੈਂਡ ਤੇ ਪੈਟਰਨ ਇੰਜਨ ਇਹ ਬਈ 4x4 ਦੇ ਅੱਛਾ ਜੀ ਮਲੂਨੀ 77 ਜੀ 4x4 ਦਾ ਹੋਵੇ ਹਾਂ ਜੀ ਉਦੋਂ ਤਾਂ ਵੱਧ ਹੁੰਦਾ ਸੀ ਠੀਕ ਹੈ ਜੀ ਉਦੋਂ ਕਿਉਂਕਿ ਜਿਆਦਾ ਉਹ ਜੀ ਸੜਕਾਂ ਵੀ ਹੋ ਜੇ ਕੱਚੇ ਰਾਹ ਹੁੰਦੇ ਸੀਗੇ ਹੁਣ ਤਾਂ ਉਹਨਾਂ ਨੇ ਯੂਜ਼ ਚ ਆਉਂਦਾ ਜੀ ਬਈ ਤੇ ਬਹੁਤ ਸਾਫ ਕੰਡੀਸ਼ਨ ਇਹ ਵੀ ਰਨਿੰਗ ਆਉਣੀ ਹੈ ਨਾ ਬਈ ਪੂਰੀ ਇਹ ਰਨਿੰਗ ਹੈ ਜੀ ਜੀ ਇਹ ਕਿਹੜਾ ਛੇੜਾ ਕੱਢਾ ਹੀ ਜਾਂਦਾ ਹਾਂ ਹਾਂਜੀ ਹਾਂਜੀ ਖੇਤ ਵਗੈਰਾ ਠੀਕ ਆ ਬਾਈ ਜੀ ਹੋਰ ਵੀ ਬਾਈ ਕੋਈ ਕਲੈਕਸ਼ਨ ਰੱਖੀ ਹੈ ਕੋਈ ਪੁਰਾਤਨ ਜਾਂ ਕੋਈ ਚੀਜ਼ ਮਨ ਪੁਰਾਣੀ ਇਹ ਜਿਹੜੀ ਰੀਸਟੋਰ ਕੀਤੀਆਂ ਉਹ ਤਾਂ ਇਹੀ ਹੈ ਜੀ ਕੁਝ ਹਜੇ ਉਹਦਾ ਬੁਲੇਟ ਹੈ 1967 ਮਾਡਲ ਜਿਹੜੇ ਇੰਗਲੈਂਡ ਤੋਂ ਆਉਂਦੇ ਹੁੰਦੇ ਸੀਗੇ ਠੀਕ ਹੈ ਜੀ ਪਰ ਇਹਦਾ ਹਜੇ ਕੰਮ ਕਰਾਉਣ ਵਾਲਾ ਠੀਕ ਹੈ ਇਹ ਹਜੇ ਕਰਵਾਉਣ ਵਾਲਾ ਵੈਸੇ ਰਨਿੰਗ ਕੰਡੀਸ਼ਨ ਚ ਹੈ ਪਰ ਸਿਰਫ ਰੰਗ ਰੋਗਨ ਦਾ ਹੋਣ ਵਾਲਾ ਟਿਪ ਟੌਪ ਹੀ ਕਰਾਉਣਾ ਮੋਡੀਫਿਕੇਸ਼ਨ ਨਹੀਂ ਹੈ ਜੀ ਠੀਕ ਆ ਬਾਈ ਜੀ ਇੱਕ ਫੀਅਟ ਪ੍ਰੋ ਉਹ ਤਾਂ ਵਿਚਾਰੀ ਦਾ ਹਜੇ ਦਸਾਰੀ ਰੀਸਟੋਰ ਕਰਨ ਵਾਲੀ ਹੈ ਜਿਹੜੀ ਪੀਅਰਟ ਇਟਾਲੀਅਨ 1100 ਆਉਂਦੀ ਹੁੰਦੀ ਹੁੰਦੀ ਸੀ ਜੀ ਜੀ ਪੁੱਠੀਆਂ ਬਾਰੀਆਂ ਅੱਗੇ ਖੁੱਲਦੀਆਂ ਸੀ ਜਿੰਨਾਂ ਦੀ ਉਹ ਵਾੜੀ ਉਹ ਵੀ ਮੋਡੀਫਿਕੇਸ਼ਨ ਚ ਹੈ ਜੀ ਠੀਕ ਆ ਬਾਈ ਜੀ ਤੇ ਬਾਈ ਜੀ ਇੱਕ ਮੈਂ ਦੇਖ ਰਣਾ ਇੱਧਰ ਇੱਕ ਪ੍ਰਾਤਨ ਘਰ ਤੁਸੀਂ ਬਣਾਇਆ ਇਹ ਮਤਲਬ ਇਹ ਤੁਹਾਡੇ ਸ਼ੌਂਕ ਲਈ ਬਣਾਇਆ ਜਾਂ ਫਾਦਰ ਸਾਹਿਬ ਮਤਲਬ ਜਿੰਨਾਂ ਨੇ ਨਹੀਂ ਇਹ オリジナル ਤਾਂ ਹੈ ਨਹੀਂ ਸੀ ਪਹਿਲਾਂ ਅੱਛਾ ਜੀ ਇਹ ਹਮੇਸ਼ਾ ਪਾੜ ਨਹੀਂ ਹੈਗੇ ਸੀ ਪਹਿਲਾਂ ਜਿਹੜੇ ਸਾਡੇ ਮਿਸਤਰੀ ਦੁਆਰਾ ਜਿੰਨਾਂ ਨੇ ਕਾਰੀਗਰ ਸੀਗੇ ਲੱਕੜ ਵਾਲੇ ਮਿਸਤਰੀ ਸੀ ਜੀ ਉਹ ਰਾਜਸਥਾਨ ਦੇ ਹੈ ਠੀਕ ਹੈ ਜੀ ਤਾਂ ਉਹਨਾਂ ਨੇ ਫਿਰ ਆਪਦੇ ਲੈਵਲ ਤੇ ਹੀ ਇਹ ਤਿਆਰ ਕੀਤਾ ਹੈ ਅਛਾ ਉਹਨੇ ਆਪ ਦੀ ਕਾਹੇ ਪੁਰਾਣੀ ਹਾਂਜੀ ਪੁਰਾਣੀ ਲੁੱਕ ਦੇਣ ਨੂੰ ਠੀਕ ਹੈ ਜੀ ਤੇ ਵੈਸੇ ਕੋਈ ਯੂਜ਼ਡ ਨਹੀਂ ਗਾ ਇਹ ਸਿਰਫ ਸ਼ੋ ਲਈ ਹੈ ਜੀ ਤੇ ਇਹ ਵੀ ਬਹੁਤ ਸੋਹਣਾ ਲੱਗਦਾ ਇੱਕ ਡਿਫਰੈਂਟ ਜਿਹਾ ਕਲਰ ਆ ਗਿਆ ਨਾ ਬਈ ਪੁਰਾਣਾ ਫਿਰ ਸਭਿਆਚਾਰ ਨਾਲ ਰਲਦਾ ਰਲਦਾ ਜੀ ਤੇ ਬਹੁਤ ਵਧੀਆ ਬਈ ਜੀ ਤੇ ਇੱਕ ਬਈ ਵੀਡੀਓ ਤੇ ਫਿਰ ਕਰਾਂਗੇ ਸਮਾਪਤੀ ਇੱਕ ਚੀਜ਼ ਮੈਂ ਇਧਰ ਇਹ ਦੇਖ ਰਿਹਾ ਤੋਪ ਟਾਈਪ ਪਤਾ ਨਹੀਂ ਕੀ ਪਿਆ ਇਹ ਕੀ ਚੀਜ਼ ਆ ਗਈ ਬਈ ਇਹ ਕਟਰ ਹੈ ਜੀ ਪੁਰਾਣਾ अच्छा जी ਕਣਕ ਦਾ ਉਦੋਂ ਇੰਟਰਨੈਸ਼ਨਲ ਕੰਪਨੀ ਦਾ ਹੈ। اچھا ਜੀ। ਪੁਰਾਣੇ ਸਮੇਂ ਤੇ ਇਹ ਨਾਲ ਇਹ ਯੂਜ਼ ਹੁੰਦਾ ਸੀਗਾ। ਐਸ ਕਣਕ ਨਹੀਂ ਇਹ اچھا ਇਹ ਮਤਲਬ ਕਿ ਕਿਨੇ ਕਿਹੜੇ ਟਾਈਮ ਚ ਕੋਈ ਹੈਗਾ ਇਹ ਜੀ ਬਈ? ਇਹ ਹੋਊਗਾ ਕਿ 1960 ਦੇ ਗੇੜ ਚ। اچھا ਇਹ ਟਰੈਕਟਰ ਮਗਰੀ ਪੈਂਦਾ ਸੀ। ਹਾਂ ਟਰੈਕਟਰ ਮਗਰ ਹਾਂਜੀ। ਠੀਕ ਹੈ ਜੀ। ਉਹ ਤਾਂ ਬੋਰੀਆਂ ਇਹਦੇ ਚ ਲੱਗ ਜਾਂਦੀਆਂ ਸੀਗੀਆਂ। ਅੱਛਾ ਇਹਦੇ ਕਣਕ ਦੇ ਕਿਸ ਮਤਲਬ ਪਿੱਛੇ ਉਹ ਲੱਗ ਜਾਂਦੀਆਂ ਇੱਥੋਂ ਇਕੱਠਾ ਹੋ ਕੇ ਹਾਂਜੀ। ਅਸੀਂ ਤਾਂ ਚੱਲਦਾ ਦੇਖਿਆ ਨਹੀਂ ਪਰ ਇਹ ਵੀ ਜਿੰਨਾ ਸੁਣਦੇ ਆਂ। ਹਾਂ ਜੀ ਮੈਂ ਚਲੋ ਬਜ਼ੁਰਗਾਂ ਦਾ ਸੁਣਦੇ ਆਂ ਜੋ ਹਨਾ ਬਈ। ਤੇ ਇਹ ਵੀ ਚੀਜ਼ ਮੈਨੂੰ ਲੱਗਾ ਪਹਿਲੀ ਵਾਰ ਮਤਲਬ ਮੈਂ ਨਹੀਂ ਦੇਖੀ ਕਿਤੇ ਤੇ ਨਾ ਸ਼ਾਇਦ ਇਹਦੀ ਕੋਈ ਵੀਡੀਓ ਹੋਈ ਆ ਇਹ ਪ੍ਰਾਣੀ ਤਾਂ ਵੈਸੇ ਹੀ ਰੁਲੀ ਪਈ ਸੀਗੀ ਇਹਨੂੰ ਅਸੀਂ ਕੱਢ ਕੇ ਉਹਨੂੰ ਦੁਬਾਰਾ ਅਸੀਂ ਚੀਜ਼ ਸੋਹਣੀ ਸੀਗੀ ਕਿਉਂਕਿ ਇਹਨੂੰ ਹਾਂ ਤੋਪਾਂ ਜਾਂਤਰ ਪ੍ਰਾਤਨ ਨਾ ਜਿਵੇਂ ਕਿਲਿਆਂ ਚ ਦੇਖਦੇ ਜੀ ਆਪਾਂ ਤੋਪ ਵਗੈਰਾ ਬਥੇਰੀਆਂ ਹੁੰਦੀਆਂ ਨੇ ਠੀਕ ਹੈ ਦੇਖਣ ਨੂੰ ਉਹ ਜੀ ਲੱਗਦੀ ਹੈ ਹਾਂ ਤੇ ਉਸ ਤਰ੍ਹਾਂ ਪਈ ਆ ਪਰ ਇਹ ਚੀਜ਼ ਕੰਮ ਦੀ ਆ ਵੀ ਹੋਰ ਕੰਮ ਆਉਂਦੀ ਸੀਗੀ ਹਾਂਜੀ ਤੇ ਬਈ ਬਹੁਤ ਵਧੀਆ ਤੁਸੀਂ ਮੇਨਟੇਨੈਂਸ ਮਤਲਬ ਹਰ ਇੱਕ ਚੀਜ਼ ਦਾ ਤੁਸੀਂ ਮੇਨਟੇਨ ਕੀਤਾ ਬਈ ਕੋਸ਼ਿਸ਼ ਕੀਤੀ ਆ ਜੀ ਜੀ ਬਈ ਤੇ ਬਈ ਇਹ ਇਹ ਦਰਵਾਜਾ ਵੀ ਆਪਣਾ ਇਹੀ ਹੁੰਦਾ ਸੀ ਉਦੋਂ ਮੇਨ ਨਹੀਂ ਇਹ ਥੋੜਾ ਜਿਹਾ ਦਰਵਾਜਾ ਅੰਦਰਲੇ ਪਾਸੇ ਹੁੰਦਾ ਸੀਗਾ ਪੁਰਾਣਾ ਠੀਕ ਹੈ ਜੀ ਇਹ ਜਗਾ ਬਾਅਦ ਚ ਐਡ ਕੀਤੀ ਸੀਗੀ ਜੀ ਫਿਰ ਇਹ ਵਿਚਲਾ ਦਰਵਾਜਾ ਚੱਕ ਕੇ ਇੱਥੇ ਬਣਾਤਾ ਸੀਗਾ ਠੀਕ ਹੈ ਬਣਾਤਾ ਦਰਵਾਜਾ ਜੀ ਬਈ ਤੇ ਬਈ ਬਹੁਤ ਸੋਹਣਾ ਤੁਸੀਂ ਪਰਾਤਨ ਆਪਣੇ ਸੱਭਿਆਚਾਰ ਨੂੰ ਵਿਰਸੇ ਨੂੰ ਅਸਲ ਬਜ਼ੁਰਗਾਂ ਦੇ ਪਿਆਰ ਨੂੰ ਤੁਸੀਂ ਸਾਹਮਣੇ ਹੀ ਬੈਠੇ ਹੋ ਕੋਸ਼ਿਸ਼ ਪੂਰੀ ਕਰ ਰਹੇ ਹੋ ਤੇ ਹਾਂ ਜੀ ਤੇ ਰਾਮ ਸਾਨੂੰ ਤਰੱਕੀਆਂ ਦੇਵੇ ਤੇ ਬਈ ਕੀ ਕਹਿਣਾ ਚਾਹੋਗੇ ਜੋ ਅੱਜ ਦੇ ਟਾਈਮ 'ਚ ਜੇ ਆਪਾਂ ਦੇਖੀਏ ਜਿਨ੍ਹਾਂ ਕੋਲ ਵੀ ਕੋਈ ਵੀ ਵਿਰਸੇ ਦੀ ਨਿਸ਼ਾਨੀ ਪਈ ਹੈ ਜਿ ਆਪਣੇ ਬਜ਼ੁਰਗਾਂ ਨੇ ਛੱਡੀ ਪਈ ਆ ਉਹਨਾਂ ਲਈ ਕੀ ਤੁਸੀਂ ਬਈ ਸੰਦੇਸ਼ ਦੇਣਾ ਚਾਹੋ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਵੀ ਇਹ ਚੀਜ਼ ਵਾਰੀ-ਵਾਰੀ ਨਹੀਂ ਮਿਲ ਸਕਦੀ ਇਹ ਆਪਾਂ ਖੁਸ਼ਕਿਸਮਤ ਹੈ ਜਿਨ੍ਹਾਂ ਦੇ ਹਿੱਸੇ ਇਹ ਪ੍ਰਾਤਨ ਚੀਜ਼ਾਂ ਵਿਰਾਸਤ ਦੇ ਵਿੱਚ ਆਈਆਂ ਤੇ ਉਹਨੂੰ ਕੋਸ਼ਿਸ਼ ਕਰੀਏ ਵੀ ਉਹਨੂੰ ਸਾahm ਸੰਭਾਲ ਕਰਕੇ ਉਹਨੂੰ ਉਸੇ ਤਰੀਕੇ ਨਾਲ ਹੀ ਰੱਖੀਏ ਜੀ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਨਾ ਸਮਾਂ ਵੀ ਦਿੱਤਾ ਤੇ ਇਹਨਾਂ ਵਧੀਆ ਤਰੀਕੇ ਨਾਲ ਤੁਸੀਂ ਵਿਰਸੇ ਦੀ ਚੀਜ਼ਾਂ ਜੋ ਆਪਣੇ ਬਜ਼ੁਰਗਾਂ ਦੀ ਸੰਭਾਲ ਕਰੀ ਆ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ